ਸਤਿਕਾਰ ਨਮਸਤੇ ਹੈਲੋ ਫਰੈਂਡਸ ਮੈਂ ਹਾਂ ਤੁਹਾਡੀ ਆਪਣੀ ਹੋਸਟ ਤੇ ਦੋਸਤ ਬਲਜੀਤ ਕੌਰ ਚੌਹਲ ਔਰ ਤੁਸੀਂ ਦੇਖ ਰਹੇ ਹੋ ਆਪਣਾ ਫੇਵਰੇਟ ਸ਼ੋਅ PTC ਸ਼ੋਕੇਸ ਤੇ ਅੱਜ ਮੈਂ ਇਸ ਹਰੀ ਭਰੀ ਲੋਕੇਸ਼ਨ ਤੇ ਪਹੁੰਚੀ ਹਾਂ ਜੋ ਕਿ ਹੈ ਸਟਾਰ ਐਂਡ ਸੈਲੀਬ੍ਰਿਟੀ ਸ਼ੈਲ ਓਸਵਾਲ ਦਾ ਫਾਰਮ ਹਾਊਸ ਤੇ ਆਓ ਫਿਰ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਹਾਂ ਤੇ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਤੇ ਮਿਊਜ਼ਿਕ ਦੇ ਬਾਰੇ ਵਿੱਚ ਸਸਿਕਾ ਸ਼ੈਲ ਜੀ ਕਿਵੇਂ ਆਪ ਬਸ ਠੀਕ ਠਾਕ ਜੀ ਵੈਲਕਮ ਟੂ ਮਾਈ ਪਲੇਸ ਆਈ ਹੋਪ ਸਫਰ ਠੀਕ ਰਹਾ ਬਿਲਕੁਲ ਬਹੁਤ ਵਧੀਆ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਆਈ ਥੈਂਕ ਯੂ ਕੁਝ ਲੇਂਗੇ ਨਹੀਂ ਜੀ ਆਪਣਾ ਹੀ ਘਰ ਹੈ ਪਹਿਲੇ ਤੇ ਅਸੀਂ ਗੱਲਾਂ ਕਰਾਂਗੇ ਤੁਹਾਡੇ ਨਾਲ ਔਰ ਮੇਰੇ ਖਿਆਲ ਨਾਲ ਇਹ ਸਿਲਸਿਲਾ ਸ਼ੁਰੂ ਕਰਦੇ ਹਾਂ ਪਹਿਲੇ ਸਵਾਲ ਤੋਂ ਉਹ ਇਹ ਹੈ ਕਿ ਲਾਈਕ ਤੁਸੀਂ ਇੰਡੀਆ ਦੀ ਸਭ ਤੋਂ ਵੈਲ ਨੋਨ ਬਿਜ਼ਨਸ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਅਤੇ ਇਸ ਫੈਮਿਲੀ ਨੂੰ ਬਿਲੋਂਗ ਕਰਨ ਕਰਕੇ ਕੀ ਤੁਹਾਨੂੰ ਲੱਗਦਾ ਕਿ ਤੁਹਾਡੀ ਲਾਈਫ ਈਜ਼ੀ ਸੀ ਜਾਂ ਬਹੁਤ ਹੀ ਚੈਲੰਜਿੰਗ ਜਿਹੜੀ ਹੈ ਉਹ ਰਹੀ ਹੈ ਦੇਖੀ ਜੀ ਮਤਲਬ ਬਹੁਤ ਅੱਛਾ ਹੈ ਇਹ ਸਵਾਲ ਹੈ ਮਿਊਜ਼ਿਕ ਅਗਰ ਆਪ ਮਿਊਜ਼ਿਕ ਸੇ ਹਮ ਲਿੰਕ ਕਰੇ ਤੋ ਕਿਉਂਕਿ ਇਹ ਇੱਕ ਅਲੱਗ ਫੀਲਡ ਹੈ ਮਤਲਬ ਇਸਮੇ ਕੋਈ ਵੀ ਯਹਾਂ ਪਰ ਜੋ ਬਿਜ਼ਨਸ ਹੈ ਉਹ ਤਾਂ ਆਏਗਾ ਨਹੀਂ ਡਿਫਰੈਂਟ ਬਿਜ਼ਨਸ ਹੈ ਇਹ ਤਾਂ ਆਰਟ ਹੈ ਕਲਾ ਹੈ ਬਟ ਆਈ ਥਿੰਕ ਇਟ ਵਾਸ ਟਫ ਫੋਰ ਮੀ ਮਤਲਬ ਸ਼ੁਰੂਆਤ ਮੈਂ ਤੋ ਜਬ ਮੈਂ ਗਾਣਾ ਸ਼ੁਰੂ ਕੀਆ ਥਾ ਤੋ ਉਸ ਟਾਈਮ ਲੋਕ ਇੰਨਾ ਮੈਨੂੰ ਪਸੰਦ ਨਹੀਂ ਕਰਦੇ ਥੇ ਟੂ ਵੈਰੀ ਓਨੈਸਟ ਯੂ ਮਤਲਬ ਇੱਕ ਸ਼ੁਰੂਆਤ ਥੀ ਔਰ ਮੇਰੀ ਆਵਾਜ਼ ਵੀ ਕੁਛ ਆਈ ਥਿੰਕ ਇੱਕ ਸ਼ੌਕੀ ਕੀ ਤਰ੍ਹਾਂ ਮੈਂ ਆਇਆ ਬਟ ਦੈਨ ਆਈ ਰਿਲਾਈਜ਼ਡ ਕਿ ਨਹੀਂ ਯਾਰ ਮਿਹਨਤ ਹੈ ਯੂ ਨੋ ਹਰ ਚੀਜ਼ ਮੇਂ ਲਾਈਫ ਮੇਂ ਮਿਹਨਤ ਹੈ ਤੋ ਦੈਨ ਆਏ ਮੇਰੇ ਗੁਰੂ ਜੀ ਮਨਜੀਤ ਸਿੰਘ ਜੀ ਦਿੱਲੀ ਸੇ ਹੀ ਹੈ ਤੋ ਥੋੜ੍ਹੀ ਬਹੁਤ ਉਹਨਾਂ ਨੇ ਮੁਝੇ ਟ੍ਰੇਨਿੰਗ ਕਰਾਈ ਥੀ ਕਾਫੀ ਮੈਂ ਰਿਆਜ਼ ਕੀਆ ਉਨਕੇ ਸਾਥ ਔਰ ਉਹਨਾਂ ਨੇ ਮੁਝੇ ਬਹੁਤ ਕਮ ਟਾਈਮ ਮੇਂ ਸਿਖਾ ਦੀ ਚੀਜ਼ ਹੈ ਜੋ ਆਈ ਥਿੰਕ ਵੋ ਹੈਲਪ ਕਰਤੀ ਹੈ ਬਟ ਐਜ਼ ਯੂ ਆਸਕਡ ਮੀ ਕਿ ਬਈ ਬਿਜ਼ਨਸ ਫੈਮਿਲੀ ਸੇ ਵੋ ਇੱਕ ਅਲੱਗ ਜੋਨਰ ਹੈ ਆਫ ਐਂਟਰਟੇਨਮੈਂਟ ਇਹ ਅਲੱਗ ਜੋਨਰ ਆਫ ਐਂਟਰਟੇਨਮੈਂਟ ਹੈ ਬਟ ਆਈ ਥਿੰਕ ਇਟ ਇਜ਼ ਟਫ ਮਤਲਬ ਯੂ ਹੈਵ ਟੂ ਵਰਕ ਹਾਰਡ ਟੂ ਅਚੀਵ ਸਮਥਿੰਗ ਔਰ ਇੱਕ ਚੀਜ਼ ਮੈਂ ਇੱਥੇ ਪੁੱਛਣਾ ਚਾਹਾਂਗੀ ਕਿ ਅਕੋਰਡਿੰਗ ਟੂ ਯੂ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਲਾਈਫ ਦੀ ਜਿਹੜੀ ਸਭ ਤੋਂ ਵੱਡੀ ਅਚੀਵਮੈਂਟ ਹੈ ਉਹ ਕੀ ਹੈ ਸਭ ਸੇ ਬੜੀ ਅਚੀਵਮੈਂਟ ਤਾਂ ਇਹ ਹੈ ਕਿ ਵੈਲ ਕਿ ਲੋਕ ਮਤਲਬ ਲੋਕ ਪਸੰਦ ਕਰਦੇ ਜੀ ਗਾਣੇ ਹੀਰੀਏ ਨੇ ਬਹੁਤ ਇੱਕ ਮਤਲਬ ਕਾਫੀ ਅੱਛਾ ਇੱਕ ਮੁਝੇ ਪਲੈਟਫਾਰਮ ਦਿਆ ਔਰ ਕਿਉਂਕਿ ਮੈਂ ਕਭੀ ਲਵ ਸੌਂਗਸ ਉਸਕੇ ਪਹਿਲੇ ਨਹੀਂ ਕੀਏ ਥੇ ਲਾਈਕ ਨੋਰਮਲੀ ਫਾਸਟ ਗਾਣੋ ਮੇਂ ਹੀ ਥਾ ਮੈਂ ਨਚਲੇ ਸੋਣੀਏ ਤੂੰ ਐਤਵਾਰ ਐਲਬਮ ਆਈ ਥੀ ਯੂਨੀਵਰਸਲ ਮਿਊਜ਼ਿਕ ਦੇ ਵਿੱਚ ਬਟ ਹੀਰੀਏ ਕੇ ਬਾਅਦ ਦੈਨ ਆਈ ਥੋਟ ਕਿ ਯਾਰ ਅਬ ਮਤਲਬ ਯੂ ਨੋ ਨਾ ਪੀਪਲ ਲਾਈਕ ਮੀ ਇਨ ਦੈਟ ਮੈਲੋਡੀਅਸ ਕਾਇੰਡ ਆਫ ਜੋਨਰ ਆਫ ਮਿਊਜ਼ਿਕ ਦੈਨ ਆਈ ਸਟਾਰਟਡ ਸਿੰਗਿੰਗ ਝਿੰਦੜੀ ਉਹ ਥਾ ਜੀ ਸੁਣੀ ਸੁਣੀ ਤੇਰੇ ਬਿਨ ਜਿੰਦਣੀ ਉਹ ਮੈਂਟਲ ਥਾ ਉਸਮੇ ਮੈਂ ਹੋਸਪਿਟਲ ਤੋ ਵੋ ਇੱਕ ਅਲੱਗ ਇੱਕ ਜੋਨਰ ਥਾ ਉਸਕੇ ਬਾਅਦ ਫਿਰ ਇਹ ਇੱਕ ਜਰਨੀ ਸ਼ੁਰੂ ਹੋਈ ਮਿਹਨਤ ਵੀ ਥੀ ਅੱਛੇ ਲੋਕ ਮਿਲੇ ਟੀਮ ਵਰਕ ਬਹੁਤ ਜ਼ਰੂਰੀ ਹੈ ਜੀ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਮਤਲਬ ਜੈਸੇ ਯੂ ਨੋ ਆਪ ਅੱਛੀ ਟੀਮ ਹੋ ਉਹਦੇ ਨਾਲ ਆਪ ਤੁਸੀਂ ਕੰਮ ਕਰੋ ਤੋ ਲੱਗਦਾ ਹੈ ਕਿ ਹਾਂ ਮਤਲਬ ਅੱਛਾ ਹੋ ਰਿਹਾ ਹੈ ਅਕੇਲੇ ਕੁਛ ਨਹੀਂ ਕਰ ਸਕਦਾ ਇਨਸਾਨ ਸਹੀ ਗੱਲ ਹੈ ਅਕੇਲੇ ਇੱਕ ਦੇ ਬਰਾਬਰ ਦੋ ਅਤੇ ਦੋ 11 ਸੋ ਟੀਮ ਵਰਕ ਜਿਹੜੀ ਉਹ ਹਮੇਸ਼ਾ ਕੰਮ ਕਰਦੀ ਹੈ ਔਰ ਇੱਕ ਚੀਜ਼ ਮੈਂ ਇੱਥੇ ਪੁੱਛਣਾ ਚਾਹਾਂਗੀ ਬਿਕੋਜ਼ ਅਸੀਂ ਤੁਹਾਨੂੰ ਜਿਹੜੀ ਵੀ ਕਿਸੇ ਐਲਬਮ 'ਚ ਦੇਖਦੇ ਹਾਂ ਵੀਡੀਓ 'ਚ ਦੇਖਦੇ ਹਾਂ ਤੁਸੀਂ ਹਮੇਸ਼ਾ ਯੂ ਨੋ ਫਿੱਟ ਐਂਡ ਫਾਈਨ ਐਂਡ ਇੱਥੇ ਮੈਂ ਤੁਹਾਡੀ ਉਮਰ ਨਹੀਂ ਪੁੱਛ ਰਹੀ ਜਸਟ ਆਈ ਨੀਡ ਟੂ ਮੈਨੂੰ ਇੱਥੇ ਸਿਰਫ ਇਹ ਦੱਸੋ ਕਿ ਇਸ ਚੀਜ਼ ਦਾ ਰਾਜ਼ ਕੀ ਹੈ ਤੁਸੀਂ ਇਹਨੇ ਫਿੱਟ ਕਿੱਦਾਂ ਫੋਰਐਵਰ ਫਿੱਟ ਜਿਹੜਾ ਉਹ ਕਿਸ ਤਰ੍ਹਾਂ ਦੇਖਦੇ ਹੋ ਮੈਂ ਥੋੜ੍ਹਾ ਸਭ ਕੁਛ ਖਾਦਾ ਪੰਜਾਬੀ ਹੋਈ ਜੀ ਮੈਂ ਸਭ ਕੁਛ ਖਾਦਾ ਹਾਂ ਮੈਂ ਐਸਾ ਡਾਈਟਿੰਗ ਮੈਨੇ ਬਿਲੀਵ ਨਹੀਂ ਕੀਆ ਔਰ ਜੋ ਡਾਈਟਿੰਗ ਕਰਤੇ ਹੈ ਉਨਕੋ ਮੈਂ ਉਨਸੇ ਹੇਟ ਕਰਤਾ ਹੂੰ ਡਾਈਟ ਨਹੀਂ ਕਰਨਾ ਸਭ ਕੁਛ ਖਾਓ ਲੇਕਿਨ ਆਪਣੀ ਹੈਲਥ ਕਾ ਜ਼ਰੂਰ ਧਿਆਨ ਦਿਓ ਇਟ ਇਜ਼ ਬਿਕੋਜ਼ ਹੈਲਥ ਇਜ਼ ਵੈਲਥ ਅਗਰ ਆਪਕੀ ਸਿਹਤ ਠੀਕ ਹੈ ਸਭ ਕੁਛ ਠੀਕ ਹੈ ਯੂ ਨੋ ਮਤਲਬ ਦੈਨ ਪੂਰਾ ਹਰ ਚੀਜ਼ ਅੱਛੀ ਲੱਗਦੀ ਹੈ ਆਪ ਖੁਸ਼ ਹੋ ਯੂ ਨੋ ਐਂਡ ਯੂ ਫੀਲ ਹੈਪੀ ਐਕਸਰਸਾਈਜ਼ ਆਈ ਪਲੇ ਸਪੋਰਟਸ ਤੁਸੀਂ ਮੈਨੂੰ ਬਤਾ ਰਹੇ ਥੇ ਕਿ ਤੁਸੀਂ ਵੀ ਕ੍ਰਿਕਟ ਗਰਲਸ ਟੀਮ ਮੇਂ ਆਪ ਆਈ ਥਿੰਕ ਸਕੂਲ ਕਾਲਜ ਮੇਂ ਯੂਸ ਟੂ ਬੀ ਲਾਈਕ ਪਲੇਇੰਗ ਸੋ ਆਈ ਥਿੰਕ ਯੂ ਆਲਸੋ ਵੈਲ ਇਨ ਫਿਟ ਐਂਡ ਫਾਈਨ ਆਈ ਥਿੰਕ ਹੈਲਥ ਇਜ਼ ਵੈਰੀ ਇੰਪੋਰਟੈਂਟ ਐਂਡ ਯੂ ਫੀਲ ਵੈਰੀ ਹੈਪੀ ਬਿਲਕੁਲ ਕਿਉਂਕਿ ਇਹ ਕਿਹਾ ਜਾਂਦਾ ਕਿ ਜਿਹੜਾ ਸਪੋਰਟਸ ਪਰਸਨ ਹੈ ਉਹ ਕਦੇ ਵੀ ਜਿਹੜਾ ਨਾ ਉਹ ਮਤਲਬ ਤੁਹਾਨੂੰ ਲਾਈਟ ਨਹੀਂ ਦਿਖਦਾ ਹਮੇਸ਼ਾ ਆਲਵੇਜ਼ ਫਿੱਟ ਹੀ ਦਿਖਦਾ ਜੀ ਬਿਲਕੁਲ ਬਿਲਕੁਲ ਜੀ ਅਤੇ ਅੱਛਾ ਸ਼ੈਲ ਜੀ ਤੁਸੀਂ ਮੈਨੂੰ ਇੱਥੇ ਇਹ ਚੀਜ਼ ਦੱਸੋ ਬਿਕੋਜ਼ ਕਾਫੀ ਸਾਲ ਅਰਸਾ ਪਹਿਲੇ ਤੁਸੀਂ ਸਿੰਗਾਪੁਰ ਜਿਹੜਾ ਉਹ ਸੈਟਲ ਡਾਊਨ ਹੋ ਗਏ ਸੀਗੇ ਅਤੇ ਸਿੰਗਾਪੁਰ ਦੀ ਲਾਈਫ ਐਂਡ ਇੰਡੀਆ ਦੀ ਲਾਈਫ ਦੇ ਵਿੱਚ ਕਿੰਨਾ ਕੁ ਫਰਕ ਹੈ ਮਤਲਬ ਸਿੰਗਾਪੁਰ ਦੀ ਲਾਈਫ ਕਿਸ ਤਰ੍ਹਾਂ ਦੀ ਹੈ ਇੰਡੀਆ ਦੀ ਲਾਈਫ ਜਿਹੜੀ ਹੈ ਉਹਨਾਂ 'ਚ ਕੀ ਚੇਂਜਸ ਅੱਜ ਕੱਲ੍ਹ ਤੋਂ ਜੀ ਜੈਸੇ ਕਾਫੀ ਮਤਲਬ ਅਗਰ ਦੇਖੋ ਤੁਸੀਂ ਤਾਂ ਵਰਲਡ ਬੜਾ ਕਲੋਜ਼ ਹੋ ਗਿਆ ਕਨੈਕਟ ਹੋ ਗਿਆ ਅੱਜ ਕੱਲ੍ਹ ਡਿਊ ਟੂ ਇੰਟਰਨੈਟ ਯੂ ਨੋ ਐਂਡ ਸਕਾਈਪ ਵਗੈਰਾ ਕੇ ਸਾਥ ਬਟ ਯੈਸ ਡੈਫੀਨੇਟਲੀ ਜੋ ਯੂ ਨੋ ਵੀ ਆਰ ਇੰਡੀਅਨਸ ਮੈਂ ਤਾਂ ਹਿੰਦੁਸਤਾਨ ਮੇਂ 35 ਸਾਲ ਰਹਾ ਹੂੰ ਲੁਧਿਆਣਾ ਮੇਂ ਬੜਾ ਯੂ ਨੋ ਵਹੀਂ 15 ਸਾਲ ਤੋਂ ਵਹੀਂ ਗੁਜ਼ਰੇ ਮੇਰੇ ਤੋ ਬਟ ਵਹਾਂ ਜਾ ਕੇ ਲੱਗਤਾ ਹੈ ਥੋੜ੍ਹਾ ਯੂ ਡੂ ਮਿਸ ਬਟ ਕਾਮ ਹੈ ਵਹਾਂ ਪਰ ਆਈ ਐਮ ਡੂਇੰਗ ਅ ਡਿਫਰੈਂਟ ਬਿਜ਼ਨਸ ਦੇਰ ਇਟਸ ਨਾਈਸ ਬਟ ਆਈ ਕਾਂਟ ਕੰਪੇਅਰ ਇਟਸ ਡਿਫੀਕਲਟ ਕਿਉਂਕਿ ਇੰਡੀਆ ਇੱਕ ਅਲੱਗ ਫੀਲਿੰਗ ਹੈ ਯਹਾਂ ਮੇਰਾ ਥੋੜ੍ਹਾ ਮਿਊਜ਼ਿਕ ਹੈ ਯਹੀਂ ਸਾਰੀ ਰਿਕਾਰਡਿੰਗਸ ਹੋਤੀ ਹੈ ਯਹੀਂ ਸਾਰੇ ਲੋਕ ਹੈ ਜਾਨ ਪਹਿਚਾਨ ਕੇ ਜੋ ਹੈ ਮਤਲਬ ਐਂਟਰਟੇਨਮੈਂਟ ਬਿਜ਼ਨਸ ਲਿੰਕ ਜੋ ਹੈ ਵਹਾਂ ਪਰ ਅਲੱਗ ਇੱਕ
सिनारियो है, मतलब वहाँ मैं कभी भी अपने आप को मैं देखता नहीं एज एन आर्टिस्ट. बिल्कुल, जिस तरह तुम क्या होता है बिल्कुल एक सिनारियो अलग है. पर जे आप गल करिए कि इंडिया दे विच तुसी यू नो कि थानू माई आई लव माई इंडिया, पर जे असी गल करिए कि तुसी सिंगापुर जो शिफ्ट होए जां उत्थे रहे उत्थे अपने इन्ने कीमती साल जिहड़े स्पेंड किए ते उहनां दे विच तुसी इंडिया नालों वक्खरा उत्थे जाके की अचीव किया? वहाँ पर जी अचीवमेंट काफ़ी थी बिकॉज एक नई जगह, नए लोग, और हिंदुस्तानी बहुत है वहाँ पर, बट हिंदुस्तानी तो हर जगह है जी, आज की डेट में सब पहुँचे हुए हैं. तो आई थिंक बट वहाँ पर जाके अचीवमेंट ये थी कि एक अच्छी एक जो शुरू किया मैंने माइनिंग बिजनेस, इंडोनेशिया में माइंस हैं हमारी कोल माइनिंग बिजनेस, तो वो थोड़ा मुश्किल था शुरू में क्योंकि बहुत अच्छे दोस्त थे मेरे, उन्होंने बोला कि एक शैल एक माइन है, इफ़ यू इंटरेस्टेड तो भाई आकर देख लो. आई वेंट देयर एंड अच्छी लगी मुझे माइंस, तो वो आदमी भी लकीली ही वॉन्टेड टू सेल हिज एसेट, तो देन आई केम होम एंड मैं हर चीज़ अपने यू नो बाबूजी नाल डिस्कस जरूर करता हूँ, मतलब इंटरफेयर नहीं करते कभी भी, उन्होंने कभी म्यूजिक में भी इंटरफेयर नहीं किया. तो बट बोला कि ठीक है बेटे, अगर तेरी विजन है तो ये लगता है कि भी वहाँ पर अच्छा अगर मिल रही है कोई चीज़ तो जाओ बिल्कुल, यू नो एंड यू गो एंड वर्क हार्ड. मैं हेल्प बिल्कुल नहीं करूँगा, खुद ही अपनी अचीवमेंट से सब कुछ लेना पड़ेगा एंड इफ़ यू फील कि वहाँ सेटल होना है यू सेटल देयर. तो एक दो साल तो ट्रैवलिंग में थी, इंडोनेशिया, सिंगापुर, बॉम्बे, मैं कुछ टाइम बॉम्बे में था जी. जिस तरह तुम इतने गल की ट्रैवलिंग की, मैं तो यह भी पूछना चाहूँगी बिकॉज यू नो इंडिया तो सिंगापुर ट्रैवलिंग टाइम काफ़ी गैप होंदा है, उस ट्रैवलिंग दौरान जो इन्ना लंबा टाइम थोड़ा ट्रैवल करना पड़ता, उस ट्रैवलिंग जोड़ी चीज़ करना ज़्यादा पसंद करते हो, कि चंगा लगता थोड़ा ट्रैवलिंग में? तो जी मैं बस सोना बहुत पसंद करता हूँ. प्लेन में ना वो वैसे नींद मुझे बड़ी कम आती है, बट ये अजीब बात है कि जी मैं प्लेन में बैठते ही नींद आती है, पता नहीं मुझे. आई इज गुड यू नो, अच्छा है वो लंबी फ्लाइट है भी सो जाओ, दैट्स द बेस्ट पार्ट. आई थिंक लोग मूवीज देखते हैं यू नो, बट आई एंजॉय स्लीपिंग. पर चलो सोन तो इलावा जो असी गल करिए उदा कि तुसी अपने टाइम दे विच अपने तो इलावा नो डाउट तुसी रियाज भी करदे हो किसी तो, पर शैल ओसवाल जिहड़ा आप किसते गाने सुनना ज़्यादा पसंद करता है? मुझे जी सोनू निगम बहुत पसंद है एंड किशोर दा, पुराने सिंगर्स जो हैं, सोनू तो खैर अभी मतलब पुराने तो हुई नहीं, बट अगेन आई थिंक मेलोडियस सिंगर्स जिनकी जैसे गुरदास मान मुझे बड़े पसंद, उनका जो गाना दिल दमाम अभी तक वो गाना मेरा फेवरेट है जी. मतलब मुझे याद है मैं बहुत छोटा था तो भाऊजी ने उनको बुलाया था, लुधियाना में थे एंड उस टाइम यू नो दूरदर्शन में उनका गाना आया करता था ये, यू नो उस टाइम हमारे वो टेप रिकॉर्डर हुआ करते थे, तो ही हैड कम यू नो एंड टू परफॉर्म एट वन ऑफ फंक्शंस, फैमिली फंक्शन में, तब मुझे उसी दिन से याद है, वेरी स्मॉल मैं कुछ होऊंगा 6-7 साल का होऊंगा जी, वहीं से सोच लिया था कि मैं भी सिंगर बनूंगा. नहीं सोचा नहीं था, बट मैं प्यार हो गया उनसे एंड मैं गुरदास पाजी ने पीछे मिला था, हम लोग ट्रैवल चंडीगढ़ जा रहा था मैं, तो आई मेट हिम हिज वाइफ मंजीत जी जो है उनकी वाइफ, एंड मैंने उनको बोला गुरदास जी तुझे ना प्लीज़ ये गाना फिर से एक रीमेक करो, कहते नहीं शैल मैं वो फिर से वो जुनून नहीं आएगा और गाने बना रहा हूँ. एक नो एक जो बन चुकी है चीज़ उनके दिमाग में भी था, देखो मतलब मैंने वो एक कहते ना कि वो पुरानी बात को एक फिर जिक्र किया, एनी लव दैट, काफ़ी मेरे से बातचीत शुरू कर दी फिर. बट जिंदगी दे पड़ाव होंदे ने यू नो एक जवानी मैच्योर एज एंड वो एक इंसान है जो बहुत ही यू नो ही इज़ एन अमेजिंग पर्सन. आई थिंक इतना अच्छा नाम और इतनी शोहरत और मतलब इतने बड़े आर्टिस्ट, बड़े लो प्रोफाइल्ड, बड़े अच्छे, बहुत प्यार से बात करते हैं, ये सबसे बड़ी चीज़ है उनमें. आई थिंक दिस इज समथिंग आई हैव लर्न फ्रॉम हिम व्हेनेवर आई मेट हिम. और मैं यही चीज़ थानू भी पूछना चाहूँगी कि जो तुसी इस तरह हर वारी अपना नवा जो एक भी सॉन्ग लैके आते हो तो थोड़िया एक्सपेक्टेशन थोड़े अपने फैंस तो किस तरह की होंगे ने? यही होती है जी कि लोग लाइक करें, बट लेकिन मैं पूरी कोशिश करता हूँ कि पूरा पैकेज अच्छा होना चाहिए. देखो जी आपका क्या है कि म्यूज़िक तो अच्छा होता है बट कभी कभी ना म्यूज़िक के साथ अगर वीडियो बनाओ, वीडियो में अगर कोई चीज़ गलत हो जाए तो वो गाने को भी ख़राब कर देती है. बिकॉज यू नो पीपल नाउडेज आर नॉट लिसनिंग, दे आर वॉचिंग द सॉन्ग. यू नो ये हो गया अब आजकल यूट्यूब वगैरह शुरू हो गया है, पता ही तो नो यूट्यूब एंड यू नो ये फेसबुक वगैरह, तो टीवी नेटवर्क थोड़ा कम हो गया, लोग आजकल सबसे पहले यूट्यूब में ही लॉन्च करते हैं हर चीज़ नो लाइक ऑल द मूवीज एवरीथिंग. तो पीपल आर वॉचिंग द सॉन्ग मोर देन लिसनिंग टू द सॉन्ग. तो विजुअल्स है तो वी ऑलवेज प्लान टू विजुअल्स यू नो बिफोर एक्चुअली मेकिंग द सॉन्ग. थोड़े अपने अकॉर्डिंगली जोड़ा वो कि थानू लगता है कि मायने रखता है यूट्यूब के राही पब्लिसिटी करना जां चैनल नू अप्रोच करना ताकि मैक्सिमम लोग जोड़े ने उदे ना जुड़ सकन? चैनल तो जी बहुत जरूरी है. देखो चैनल अभी भी जो आपके जितने भी मासेस हैं वो तो उनके घर में सब टीवी देखते ही हैं एंड बट जो आई थिंक मेरे हिसाब से जो यंगस्टर्स हैं टीनेजर्स हैं सबके पास स्मार्टफोन्स हैं, अगर किसी भी आर्टिस्ट से कुछ बात करनी है तो बस वो क्लिक करके YouTube में गए और उसका देख लिया, गाना देख लिया. आई थिंक बट माय आई थिंक द टारगेट ऑडियंस इज डेफिनेटली द यंगस्टर्स एज ग्रुप बिटवीन यू नो 18
to 40-year-old, and they all are into digitally, you know, on computers and everything. But yes, TV is important. It's a very important network. Very important. ਇੱਕ ਚੀਜ਼ ਮੈਂ ਇੱਥੇ ਹੋਰ ਪੁੱਛਣਾ ਚਾਹੁੰਦੀ, ਜਦੋਂ ਵੀ ਤੁਹਾਡਾ ਕੋਈ ਨਵਾਂ ਸੌਂਗ ਐਲਬਮ ਰਿਲੀਜ਼ ਹੁੰਦਾ, ਉਹਨਾਂ ਦੇ ਜਿਹੜੇ ਟਾਈਟਲਸ ਹੁੰਦੇ ਨੇ ਉਹ ਬੜੇ ਡਿਫਰੈਂਟ ਹੁੰਦੇ, ਜਿਸ ਤਰ੍ਹਾਂ ਜ਼ਿੰਦਗੀ, ਯੂ ਨੋ, ਦੈਨ ਮਤਲਬ ਸਾਰੇ ਔਲ, ਤੁਸੀਂ ਇਹ ਦੱਸੋ ਕਿ ਇਹ ਜਿਸ ਤਰ੍ਹਾਂ ਤੁਸੀਂ ਚੂਜ਼ ਕਰਦੇ ਹੋ ਕਿ ਇੱਕ ਜਰਨੀ ਦੀ ਤਰ੍ਹਾਂ ਹੁੰਦੇ ਨੇ ਜਾਂ ਕਿਸ ਤਰ੍ਹਾਂ, ਮਤਲਬ ਪਲੀਜ਼ ਸਾਰੇ ਸਾਰੇ ਟਾਈਟਲਸ ਬਾਰੇ ਥੋੜ੍ਹਾ ਦੱਸੋ। ਸੋਨੀਏ ਹੀਰੀਏ ਇਸਕਾ ਜੀ ਪਹਿਲੇ ਰੱਖਾ ਥਾ ਹਮਨੇ, ਸੋਨੀਏ ਹੀਰੀ ਤੇਰੀ ਯਾਦ, ਇਸਮੇ ਯਾਦ ਇੱਕ ਵਰਡ ਥਾ, ਲੇਕਿਨ ਇਹ ਪੰਜਾਬੀ ਗਾਣਾ ਥਾ। ਤੋ ਮੇਰੇ ਵੋ ਵਿਧੂ ਗੋਸਵਾਮੀ ਬੰਗਾਲੀ ਹੈ, ਤੋ ਮੇਰੀ ਟੀਮ ਬੜੀ ਅਜੀਬ ਹੈ, ਬੰਗਾਲੀ ਮਿਊਜ਼ਿਕ ਕੀ ਕੋਈ ਲੈਂਗੁਏਜ ਨਹੀਂ ਹੈ। ਲਾਸਟ ਟਾਈਮ ਤੁਹਾਨੂੰ ਬਤਾਇਆ ਥਾ ਮੈਨੇ, ਤੋ ਆਈ ਥਿੰਕ ਯੇ, ਤੋ ਮੈਨੇ ਬੋਲਾ ਵਿਧੂ ਜੀ ਨਹੀਂ, ਆਈ ਥਿੰਕ ਵੀ ਹੈਵ ਟੂ ਕੀਪ ਅ ਨੇਮ ਵਿਚ ਮਤਲਬ ਇਟਸ ਅ ਯੂ ਨੋ ਇੱਕ ਅੱਛਾ ਨਾਮ ਰੱਖਤੇ ਹੈ ਇਸ ਗਾਣੇ ਕਾ, ਰੂਟਸ ਦੇ ਨਾਲ ਜਿਹੜਾ ਨਾਮ ਹੀਰੀਏ ਰੱਖੇ, ਯੂ ਨੋ ਹੀਰੀਏ ਇਜ਼ ਅ ਬਿਊਟੀਫੁਲ ਨੇਮ, ਯੂ ਨੋ ਹੀਰੀਏ ਜੋ ਮਤਲਬ ਬੜਾ ਇੱਕ ਅੱਛਾ ਲੱਗਤਾ ਵੀ, ਸਾਊਂਡ ਵੀ ਅੱਛਾ ਕਰਤਾ, ਪੰਜਾਬੀ ਇਸਕਾ ਮੀਨਿੰਗ ਬਹੁਤ ਅੱਛਾ ਹੈ। ਤੋ ਯੇ ਥਾ ਇਸਕੇ ਪੀਛੇ। ਉਸਕੇ ਬਾਅਦ ਝਿੰਦੜੀ ਆਇਆ, ਅਬ ਝਿੰਦੜੀ ਮੇ ਲਾਈਫ ਹੈ, ਜ਼ਿੰਦਗੀ ਹੈ, ਤੋ ਦੈਨ ਵੀ ਕੈਪ ਦ ਨੇਮ ਜ਼ਿੰਦਗੀ। ਕੰਸੈਪਟ ਵੀ ਥਾ ਕਿ ਇੱਕ ਮੈਂ ਮੈਂਟਲ ਯੂ ਨੋ ਹੋਸਪਿਟਲ ਮੇ ਹੂੰ, ਮਤਲਬ ਵਾਈਫ ਨੇ ਬੜਾ ਯੂ ਨੋ ਸ਼ਾਦੀ ਹੋ ਗਈ ਤੀ, ਧੋਖਾ ਦਿਆ, ਔਰ ਫਿਰ ਮੈਂ ਪਾਗਲ ਹੋ ਗਿਆ, ਤੋ ਮੈਂਟਲ ਅਸਾਈਲਮ ਮੇ ਬੈਠਾ ਹੂੰ। ਤੋ ਵੋ ਇੱਕ ਕੰਸੈਪਟ ਬਨ ਕੇ ਆਇਆ, ਤੋ ਇਸਕਾ ਨਾਮ ਝਿੰਦੜੀ ਰੱਖ ਦਿਆ ਹਮਨੇ। ਦੈਨ ਜ਼ਿੰਦਗੀ ਕੇਮ, ਐਂਡ ਉਸਕਾ ਵੀ ਕੰਸੈਪਟ ਥਾ ਕਿ ਲਾਈਫ ਮੇ ਸਿਰਫ ਤੁਹਾਨੂੰ ਇੱਕ ਹੀ ਚਾਂਸ ਮਿਲਦਾ ਹੈ, ਯੂ ਨੋ ਸੈਕਿੰਡ ਚਾਂਸ ਬਹੁਤ ਹੀ ਕਿਸਮਤੀ ਲੋਕ ਹੈ ਜਿਨਕੋ ਮਿਲੇ, ਲੇਕਿਨ ਵੋ ਹੈ ਨਹੀਂ, ਆਈ ਹੋਪ ਹੋਤਾ ਮੈਂ। ਤੋ ਆਈ ਥਿੰਕ ਇਟਸ ਦੈਟਸ ਹਾਓ ਐਸੀ ਬਸ ਪਲਾਨ ਹੋਤਾ ਜੀ। ਬਸ ਜੀ, ਇਸੇ ਤਰ੍ਹਾਂ ਇਹ ਟਾਈਟਲਸ ਦੇ ਨਾਲ ਆਪਣੇ ਨਵੇਂ ਸੌਂਗ ਦੇ ਨਾਲ ਆ ਗਏ ਨੇ। ਸੋ ਵਿਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ, ਔਰ ਤੁਸੀਂ ਦੇਖ ਰਹੇ ਹੋ ਕਿ ਸ਼ੈਲ ਓਸਵਾਲ ਜੀ ਅਤੇ ਮੈਂ ਬੈਠੇ ਹਾਂ, ਅਤੇ ਇਹਨਾਂ ਨੇ ਮੈਨੂੰ ਬਹੁਤ ਹੀ ਵਧੀਆ ਜੂਸ ਜਿਹੜਾ ਉਹ ਔਫਰ ਕੀਤਾ। ਇਨਫੈਕਟ ਫਰੈਸ਼ ਜੂਸ, ਓ ਯੈਸ, ਕੋਈ ਸ਼ੂਗਰ ਨਹੀਂ ਇਸਕੇ ਅੰਦਰ। ਰੀਅਲੀ ਇਟਸ ਨਾਈਸ ਜੀ। ਸ਼ੈਲ ਓਸਵਾਲ ਜੀ, ਇੱਕ ਚੀਜ਼ ਮੈਂ ਹੁਣ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਐਨਰਜੀ ਵੀ ਆ ਗਈ ਹੈ, ਪਰ ਫੈਨਸ ਇਹ ਜਾਣਨਾ ਚਾਹੁੰਦੇ ਨੇ ਕਿ ਤੁਸੀਂ ਕਾਫੀ ਟਾਈਮ ਜਿਹੜਾ ਉਹਨਾਂ ਨੂੰ ਇੰਤਜ਼ਾਰ ਕਰਵਾਉਂਦੇ ਹੋ, ਅਤੇ ਕੀ ਇਸ ਟਾਈਮ ਦੇ ਵਿੱਚ ਤੁਸੀਂ ਬਿਜ਼ਨਸ 'ਚ ਬਿਜ਼ੀ ਰਹਿੰਦੇ ਹੋ ਜਾਂ ਫਿਰ ਇੱਕ ਲੰਬੀ ਬ੍ਰੇਕ 'ਤੇ ਸੀਗੇ ਕਿ? ਨਹੀਂ, ਇਸ ਵਾਰ ਤੋਂ ਜੀ ਮਤਲਬ ਇੰਨੀ ਲੰਬੀ ਬ੍ਰੇਕ ਨਹੀਂ ਸੀ, ਕਿਉਂਕਿ ਪਿੱਛੇ ਇੱਕ ਗਾਣਾ ਜ਼ਿੰਦਗੀ ਆਇਆ ਥਾ ਮੇਰਾ, ਹਿੰਦੀ ਗਾਣਾ, ਤੋ ਕਾਫੀ ਲੋਕਾਂ ਨੇ ਪਸੰਦ ਕੀਤਾ ਉਹ ਗਾਣਾ, ਹਿੰਦੀ ਗਾਣਾ ਥਾ, ਐਂਡ ਉਸੀ ਦੋ ਮਹੀਨੇ, ਹਾਂ ਮਤਲਬ ਦੋ ਢਾਈ ਮਹੀਨੇ ਦਾ ਇੱਕ ਗੈਪ ਰਹਿਤਾ ਹੈ ਬੀਚ ਮੇ, ਦਸਵੇਂ ਸਜਨਾ, ਫਿਰ ਉਸਕੇ ਬੀਚ ਮੇ ਮੇਰੇ ਜੋ ਮਿਊਜ਼ਿਕ ਕੰਪੋਜ਼ਰ ਹੈ ਵਿਧੂ ਜੀ, ਤੋ ਉਹਨਾਂ ਨੇ ਗਾਣਾ ਸੁਣਾਇਆ ਮੁਝੇ, ਇੱਕ ਡੈਮੋ ਭਿਜਵਾਇਆ, ਤੋ ਬਹੁਤ ਚੰਗਾ ਲੱਗਾ ਮੈਨੂੰ ਗਾਣਾ। ਬਿਲਕੁਲ, ਕਿਉਂਕਿ ਜਿਹੜਾ ਤੁਹਾਡਾ ਸੌਂਗ ਹੁਣੇ ਹੁਣੇ ਅਸੀਂ ਸੁਣ ਰਹੇ ਹਾਂ ਦਸਵੇਂ ਸੱਜਣਾ, ਬਿਕੋਜ਼ ਬਹੁਤ ਹੀ ਵਧੀਆ, ਪਰ ਮੈਂ ਇਹ ਚੀਜ਼ ਜ਼ਰੂਰ ਜਾਣਨਾ ਚਾਹੁੰਦੀ ਕਿ ਇਹਨੂੰ ਰਿਕਾਰਡ ਕਰਨ ਲੱਗਿਆਂ ਤੁਹਾਨੂੰ ਕਿਸ ਚੀਜ਼ ਨੇ ਇੰਸਪਾਇਰ ਕੀਤਾ ਜਿਹੜਾ ਤੁਸੀਂ ਇਹ ਸੌਂਗ ਰਿਕਾਰਡ ਕੀਤਾ? ਮੋਰ ਦੈਨ ਯੂ ਨੋ ਲਾਈਕ ਸਾਊਂਡ ਰਿਕਾਰਡਿੰਗ, ਆਈ ਵਾਜ਼ ਵੈਰੀ ਇੰਸਪਾਇਰਡ ਫੋਰ ਦ ਵੀਡੀਓ, ਕਿਉਂਕਿ ਇਸਮੇ ਜੋ ਕੰਸੈਪਟ ਹਮਨੇ ਪਲਾਨ ਕੀਏ, ਇੱਕ ਬੜਾ ਇੱਕ ਸਟਰੋਂਗ ਸੋਸ਼ਲ ਮੈਸੇਜ ਮੇਰਾ ਮਨ ਥਾ। ਮੈਂ ਨੋਰਮਲੀ ਆਪਣੇ ਗਾਣੋਂ ਮੇ ਵੀਡੀਓਜ਼ ਮੇ ਅਗਰ ਆਪਨੇ ਦੇਖਾ ਹੋਗਾ, ਤੋ ਮੈਂ ਟਰਾਈ ਕਰਤਾ ਹੂੰ ਕਿ ਇੱਕ ਮੈਸੇਜ ਮੈਂ ਲੋਕੀ ਤੱਕ ਪਹੁੰਚਾਊਂ, ਕਿ ਕਿਉਂਕਿ ਨਾ ਵੋ ਲਵ ਸੌਂਗਸ ਬਣਤੇ ਹੈ, ਲੋਕ ਆਪਸ ਮੇ ਯੂ ਨੋ ਲੜਕੀ ਲੜਕੇ ਸੇ ਪਿਆਰ ਹੋ ਗਿਆ, ਵੋ ਤੋ ਹੋਤਾ ਹੀ ਹੈ, ਲੇਕਿਨ ਇੱਕ ਮੈਸੇਜ ਵੀ ਹੋਣਾ ਬਹੁਤ ਜ਼ਰੂਰੀ ਹੈ, ਐਂਡ ਆਈ ਆਲਵੇਜ਼ ਟਰਾਈ ਟੂ ਗਿਵ ਅ ਮੈਸੇਜ। ਇਸਮੇ ਇੱਕ ਸਟਰੋਂਗ ਸੋਸ਼ਲ ਮੈਸੇਜ ਥਾ ਕਿ ਅਗਰ ਆਪ ਕਿਸੀ ਇਨਸਾਨ ਸੇ ਬਹੁਤ ਪਿਆਰ ਕਰਤੇ ਹੈ, ਉਸਕੋ ਨਿਗਲੈਕਟ ਮਤ ਕਰੀਏ, ਅਗਰ ਬਈ ਉਸਕੀ ਗਲਤੀ ਤੋ ਥੀ ਨਹੀਂ, ਅਗਰ ਉਸਕੇ ਸਾਥ ਯੇ ਕੁਛ ਨਾਇਨਸਾਫੀ ਹੋਈ ਹੈ, ਤੋ ਆਪ ਮਤਲਬ ਉਸਕੋ ਇੱਕ ਇਨਸਾਫ ਦੀਜੀਏ, ਯੂ ਨੋ, ਐਂਡ ਯੂ ਟਰਾਈ ਟੂ ਲਵ ਅ ਮੋਰ, ਕਿ ਵੋ ਆਪਣੇ ਜਿਤਨੇ ਵੀ ਜੋ ਉਸਕੇ ਦੁੱਖ ਥੇ ਉਸਕੋ ਵੋ ਭੁੱਲ ਜਾਏ, ਔਰ ਯੂ ਨੋ ਵਾਪਸ ਆਪਕੇ ਸਾਥ ਪਿਆਰ ਕਰਨਾ ਸ਼ੁਰੂ ਕਰ ਦੇ। ਜਿਸ ਤਰ੍ਹਾਂ ਤੁਸੀਂ ਹੁਣੇ ਦੱਸਿਆ ਕਿ ਇਸ ਤਰ੍ਹਾਂ ਮੈਂ ਉਹ ਟਰਾਈ ਕਰਦਾ ਕਿ ਉਹ 'ਚ ਉਹ ਮੈਸੇਜ ਦਿੱਤਾ ਜਾਏ, ਬਟ ਜਿਹੜੀਆਂ ਤੁਹਾਡੀਆਂ ਪਿਛਲੀ ਵੀ ਜਿਹੜੀਆਂ ਵੀਡੀਓਜ਼ ਨੇ ਅਸੀਂ ਉਹਨਾਂ ਨੂੰ ਵੀ ਦੇਖਿਆ, ਅਤੇ ਉਹਦੇ 'ਚ ਬਹੁਤ ਹੀ ਇੱਕ ਤੁਹਾਡਾ ਜਿਹੜਾ ਪੋਰਟਰੇਟ ਹੈ ਉਹ ਬਹੁਤ ਹੀ ਇਮੋਸ਼ਨਲ ਹੈ ਜੀ, ਅਤੇ ਮਤਲਬ ਇਹਦਾ ਕੀ ਰਾਜ਼ ਹੈ, ਮਤਲਬ ਲਾਈਕ ਬਤੌਰ ਬਿਜ਼ਨਸਮੈਨ ਤੁਸੀਂ ਇੰਨੇ ਇਮੋਸ਼ਨਲ ਹੋ ਜਾਂ ਬਤੌਰ ਆਰਟਿਸਟ ਰੀਅਲ ਲਾਈਫ ਦੇ ਵਿੱਚ ਤੁਹਾਡੇ ਨਾਲ ਕੁਝ ਇਸ ਤਰ੍ਹਾਂ ਦਾ ਹੈਪਨ ਹੋ ਚੁੱਕਾ? ਦੇਖੋ ਜੀ, ਬਿਜ਼ਨਸ ਵਿੱਚ ਤਾਂ ਦਿਮਾਗ ਸੋਚਣਾ ਪੜਤਾ ਹੈ, ਪਰ ਐਜ਼ ਐਨ ਆਰਟਿਸਟ ਆਈ ਥਿੰਕ ਫਰੋਮ ਮਾਈ ਹਾਰਟ, ਸੋ ਇਟਸ ਅ ਡਿਫਰੈਂਟ ਟ੍ਰਾਂਜੈਕਸ਼ਨ। ਜਬ ਮੈਂ ਸਿੰਗਿੰਗ ਕਰਤਾ ਹੂੰ ਤੋ ਯੂ ਨੋ ਆਈ, ਬਟ ਆਈ ਐਮ ਐਨ ਆਰਟਿਸਟ, ਯੂ ਨੋ ਆਈ, ਮੇਰੇ ਬਾਊ ਜੀ ਮੁੰਝੇ ਬੋਲਤੇ ਰਹਿਤੇ ਹੈ ਕਿ ਵੀ ਤੂੰ ਬੇਟਾ ਤੋ ਮੇਰਾ ਹੈ, ਪੁੱਤਰ ਤੋ ਮੇਰਾ ਹੈ, ਲੇਕਿਨ ਤੂੰ ਨਾ ਹੈ ਸੰਗੀਤ ਦਾ ਜ਼ਿਆਦਾ ਮਤਲਬ ਸ਼ੌਕੀਨ, ਯੂ ਨੋ, ਮਤਲਬ ਯੂ ਲਵ ਦ ਆਰਟ ਮੋਰ, ਤੋ ਆਈ ਥਿੰਕ ਇਹ ਇੱਕ ਭਗਵਾਨ ਕੀ ਦੇਨ ਹੈ, ਆਈ ਥਿੰਕ ਇਟਸ ਸਮਥਿੰਗ ਗੋਡ ਹੈਜ਼ ਗਿਵਨ ਮੀ, ਐਂਡ ਆਈ ਥਿੰਕ ਆਈ ਰੀਲੀ ਆਈ ਆਲਸੋ ਵਰਕ ਹਾਰਡ, ਤੋ ਕੋਸ਼ਿਸ਼ ਰਹਿਤੀ ਹੈ ਕਿ ਬਈ ਉਸਕੋ ਮੈਂ ਅੱਛੀ ਤਰ੍ਹਾਂ ਨਿਭਾਊਂ, ਐਂਡ ਅਭੀ ਤੱਕ ਤੋ ਚਲੀ ਰਹੇ ਜੀ। ਔਰ ਜੇ ਅਸੀਂ ਪੁੱਛੀਏ ਕਿ ਸ਼ੈਲ ਓਸਵਾਲ ਨੂੰ ਕਿ ਉਹ ਬਤੌਰ ਬਿਜ਼ਨਸਮੈਨ ਜਿਹੜਾ ਆਪਣੀ ਲਾਈਫ 'ਚ ਤਰੱਕੀ ਕਰਨਾ ਚਾਹੁੰਦੇ ਜਾਂ ਬਤੌਰ ਆਰਟਿਸਟ ਜਿਹੜਾ ਹੈ ਉਹਨਾਂ ਨੂੰ ਆਪਣੇ ਆਪ ਨੂੰ ਜ਼ਿਆਦਾ ਅੱਛਾ ਲੱਗ ਰਿਹਾ ਹੈ? ਬਿਜ਼ਨਸ ਤੋ ਜੀ ਹੈ ਹੀ, ਬਿਕੋਜ਼ ਯੂ ਨੋ ਆਈ ਐਕਚੁਅਲੀ ਬਿਲੋਂਗ ਟੂ ਅ ਬਿਜ਼ਨਸ ਫੈਮਿਲੀ, ਔਰ ਬਚਪਨ ਸੇ ਹੀ ਮਤਲਬ ਬਿਜ਼ਨਸ ਮੇ ਤੋ ਇਨਵੋਲਵਮੈਂਟ ਮੈਂ ਚ ਰਹੀ ਹੈ, ਮੈਂ ਆਪਣਾ ਸਕੂਲਿੰਗ ਵੀ ਬਿਜ਼ਨਸ ਸਕੂਲਸ ਵਗੈਰਾ ਮੇ ਕੀਆ ਗ੍ਰੈਜੂਏਸ਼ਨ, ਬਟ ਆਰਟ ਐਸੀ ਚੀਜ਼ ਹੈ ਮੇਰੇ ਲਈ, ਮਿਊਜ਼ਿਕ ਸੰਗੀਤ ਇਹ ਚੀਜ਼ ਹੈ ਜੀ, ਦੋ ਬਹੁਤ ਹੀ ਸਕੂਨ ਦਿੱਤੀ ਹੈ ਮੁਝੇ,
मतलब जब मैं गाने गाता हूँ, शोज़ करता हूँ एंड यू नो, तो एक बड़े अच्छी एक फीलिंग मिलती है कि भाई मैं अपनी लाइफ में कुछ कर रहा हूँ, यू नो, मतलब समथिंग आई कैन डू इन माई लाइफ, दैट समथिंग विच गिव्स मी लॉट ऑफ सेटिस्फैक्शन. ये है जी, मतलब आई थिंक इट्स अ लिटिल ट्रांजिशन फ्रॉम बोथ द थिंग्स. शैल ओसवाल जी, गल चल रही है 10वें सजना के गाने की, तो मेरा दिल कर रहा है कि इन्ना वधिया माहौल है और बहुत ही मतलब फीलिंग जी आ रही है कि थोड़ा गीत लाइवली भी सुन लेता जाए. बिल्कुल जी, बहुत प्यारा गाना है. आई एम रियली थैंकफुल कि आपने बोला गाने के लिए. वेल, मैं तो बहुत पसंद करता हूँ कि कुछ मुझे बोल दे गाने के लिए. जी प्लीज. दसवें सजना हुण की करिए, हुण की करिए, ना जी सकिए ना मर सकिए, ना जी सकिए ना मर सकिए, इश्क दे रोग ने बड़ा सताया, अखियां नीर भी छलक ना पाया, बुल्ला उत्ते रुकिया हवा, बुल्ला उत्ते रुकिया हवा, दिल दे अंदर होके परिए, ना जी सकिए ना मर सकिए, ना जी सकिए ना मर सकिए. शैल ओसवाल जी, इतने मैं भी पूछना चाहूँगी, बिकॉज एक आर्टिस्ट का स्टाइल जड़ा वो बिल्कुल डिफरेंट होता है, और तुसी ओ स्टाइल विच रहना पसंद करते हो जां एक सिंपल सदारन बिल्कुल लाइफ नू जीना पसंद करते हो? आपने देखा है जी मुझे, ना मैं कोई वो पहनता हूँ ज्वेलरी, सिर्फ ये हैं बस अंगूठियाँ हैं जो मेरे गुरुजी हैं वो मतलब एस्ट्रोलॉजी जो उन्होंने बोला पहनने के लिए, बाकी मुझे ज़्यादा वो सब पहनने का पसंद नहीं है जी. मतलब आई लाइक टू बी वेरी सिंपल. सिंपल लाइफ, सिंपल लिविंग, हाई थिंकिंग. वेरी वेरी सिंपल, वेरी सिंपल. आई एम अ वेरी कैजुअल पर्सन. मतलब जैसे इवन मैं अपने दोस्तों को मिलता हूँ या शूट्स में भी, कभी मतलब ज़्यादा ज्वेलरी वूलरी, यू नो, लाइक लॉट ऑफ पीपल वेयर दैट. आई थिंक सबका अपना स्टाइल होता है, बट आई एम अ वेरी सिंपल फ्रॉम बिगनिंग. आई लाइक दैट. और जिवें कि थोड़े जे गीत की गल करिए, हमेशा ही उहदे विच इह हुंदा कि जिहड़ा प्यार दे विच दूर चला गया हुंदा ते उसके बारे च ही गल कीती हुंदी है जी. कि यह चीज़ मतलब थोड़े नाल यह चीज़ रियालिटी च वापरी है जां तुसीं इस चीज़ नूं फील किदां करदे हो? मुझे याद है आपने पहले ही मुझसे पूछा था एक बार. यस, आई रिमेंबर. आई गो बैक टू द ओल्ड मेमोरी. आई थिंक लाइफ में थोड़े नाल भी हुआ होगा जी. हाँ जी, मेरे जरूर, नाल भी हुआ है. सारे नाल हुंदा है. बिल्कुल, कई बार हुंदा है. कई बार होता रहता है. तो बट आई थिंक एज वी मूव ऑन विद टाइम, मेच्योरिटी आती है तो सोचते हैं कि भी पहले का जो पास्ट था उसको भूल के आगे अच्छी एक अपनी ज़िंदगी गुजारें. वही मैंने पहले की जो पास्ट थी उनको यू नो थोड़ा भूल गया हूँ एंड आगे अपना एक नई दौर शुरू किया है. बट स्टिल कहीं ना कहीं आवाज़ में भी है वो, और एज़ यू सेड लाइक वेरी इमोशनल आई एम. तो मतलब आई थिंक वो चीज़ें हैं नेचुरली आती है अंदर. बट आई डू थिंक समटाइम्स यू नो मतलब पास्ट को लेके आती है, कहीं ना कहीं गानों में आता है. ये तो अपनी पर्सनल फीलिंग है, बस इतने थोड़ी जी मैं थोड़े तो टिप लेना चाहवागी. जो साढ़े दर्शक ने वो सानू देख रहे हैं, और तुसी की कहना चाहोगे कि लाइफ जी है वो इमोशनल होकर जीनी ज़्यादा वधिया है जां उनू प्रेजेंटली उनू जिंदा दिली नाल जीना चाहिए? आई थिंक तुसी सेकंड उन्होंने बोला है कि आई थिंक वी शुड लिव आर लाइफ इन प्रेजेंट द वे वी आर एंड बरी द पास्ट. पास्ट को जी भूल जाएँ और आगे अपनी प्रेजेंट और अपनी नई जिंदगी का सोचें. वही मैं सोचता हूँ दर्शकों को भी ये बोलना चाहूँगा मैं कि पास्ट ठीक है, सबके दिलों में होता है, लेकिन कब तक आप पास्ट को लेके जियोगे? फॉरगेट द पास्ट, थिंक अबाउट द प्रेजेंट एंड द फ्यूचर. जी बिल्कुल. 10वें सजना जी, हाँ, इन्हों का गीत जिहड़ा हुणे हुणे रिलीज़ होया, इहदे बाबत होर गलबात इस तरह जारी रहेगी. पर लैने इत्थे एक छोटा जिहा ब्रेक, ते मिलदे हां ब्रेक तो बाद. शायद तुझे ना हो पता, बिन तेरे जीना मेरा बेवजह, चाहूँ तुझे ये हक दे, मिल जाए जीने की मुझे वजह, देखूँ तुझे तो बरसती दुआएं, तेरे लिए ही तरसे निगाहें, जीना पाएंगे ऐसे तुझसे जुदा होके, सांसों की कश्तियों को तू किनारा दे, जिंदगी तुझसे है, तुझसे है जिंदगी, हर खुशी तुझसे है, तुझसे है हर खुशी जिंदगी.
ये गाना था मेरा भी पीछे आया था जिंदगी जिंदगी सॉन्ग सुन के तो मैं लग रहा कि थोड़े फार्म हाउस से वाकई एक जिंदगी मिल जाती है नवी और इस जिंदगी के बिचों मैं पूछना चाहवागी कि लाइक जिस तरह थोड़ा जो भी कोई गीत आता है तो उस गीत दे लई जड़ा तुसी मतलब की चीज़ जड़ी चॉइस कर दो किस तरह वो गीत नू मतलब जो रिकॉर्ड करना होता की चुनते हो बड़ा अच्छा सवाल पूछा जी आपने आई थिंक जो मेरी टीम है असी बैठ के जी ये प्लान कर दें कि पहले तो कॉन्सेप्ट क्या है मतलब लव सॉन्ग करना है या फास्ट सॉन्ग करना है मोस्टली मेरे लव सॉन्ग्स ही होते हैं तो उनको पता है कि लव सॉन्ग में ही कुछ काम करना है तो फिर उसके बाद लिरिसिस्ट हैं जो काफ़ी टाइम से काम कर रहे हैं मेरे साथ रवि बैसनेट उनका नाम वो सोनिया हीरे से लेके झिंदरी फिर जिंदगी गाना और अभी दसवें सजना भी ये तो खैर श्याम बलकार जी ने लिखा है बट आई थिंक उसके बाद फिर हम म्यूज़िक में प्लान करते हैं कि अब लिरिक्स मिल गए नाउ वी हैव टू हैव अ गुड म्यूज़िक पार्ट जिसमें एक अच्छे पार्ट्स हों जो दिल को छुएं लोगों के दैट्स हाउ द होल टीम वर्क्स यू नो फिर बाद में फिर माई टर्न काम बट आई एम इन्वॉल्व मतलब मेरी इन्वॉल्वमेंट भी रहती है पूरी टीम वर्क इतने एक मैं चीज़ और पूछना चाहूँगी बिकॉज जैसे शैल ओसवाल को पूछिए कि वो बतौर बिजनेसमैन जरा अपने आप को देखना ज़्यादा पसंद करता या बतौर आर्टिस्ट जरा वो अपने आप को देखना ज़्यादा पसंद करेगा जी एज एन आर्टिस्ट तो जैसे मैं हूँ अभी मतलब वैसे ही हूँ बट बिजनेस मैन में आती पहचान नहीं पाओगे तुम मुझे डिफरेंट लुक होता है यू नो ऑफिस की वो शर्ट पैंट्स यू नो लाइक इट्स अ डिफरेंट लुक पर दोनों के बीचों जड़ी ज़्यादा चीज़ है वो तुसी केड़ी जड़ी है पसंद कर दो दोनों अपनी जगह अच्छी हैं जी अच्छा। क्योंकि अगर मैं उसको बुरा बोलूंगा तो मेरे बाबूजी पकड़ के मारेंगे वो मैं चाहता नहीं हूँ ओह माय गॉड तो आई थिंक दोनों अपनी जगह अच्छे हैं बट इफ यू रियली आस्क मी फ्रॉम माय हार्ट आई लव दिस लाइफ यू नो इट गिव्स मी लॉट ऑफ हैप्पीनेस एक बहुत जी मतलब मन में सुकून मिलता है जब मैं गाने गाता हूँ और लोगों का प्यार जो है यू नो मतलब यही है सो एक चीज़ मैं होर चीज़ देखी कि थोड़े इस फार्म हाउस से यू नो जी थोड़ी लग्जरी है वो तो मैंने ये पता चलता है कि तुम एक सिंगापुर के मिलियन डॉलर जरा जरा सी सीन तो बंगलो खरीदया तो वो मतलब कि मतलब सुकून ले किस तरह नहीं वो ना जी मतलब एक्चुअली मेरे एक बहुत अच्छे दोस्त हैं जी वहाँ पर सिंगापुर में तो वो बैंकर हैं तो यू नो ही केम टू मी तो बोला कि शैल पाजी एक पंजाबी हैं वो भी मतलब ही यूज टू स्टे इन कैनेडा तो नाउ इज मूव टू सिंगापुर तो ही शोड मी द बंगलो तो एंड दो साल से मतलब यू नो ही वाज आफ्टर मी कि आई वांट यू यू नो लाइक यू शुड बाय दिस तो देन आई थॉट यार थोड़ा मुझे जरा आया हूँ मैं अभी थोड़ा काम करने दे थोड़ी यू नो लेट मी गेट सम मोर मनी आई मीन इट इज़ एक्सपेंसिव प्लेस सिंगापुर बट नाउ आई फाइनली बॉट इट एंड इट्स अ वीकेंड गेट अवे मतलब हम लोग बच्चे वगैरह वीकेंड से वहाँ चले जाते हैं तो मम्मी एंड पापा कभी कभी आते हैं सिंगापुर तो आई वॉन्ट देम टू स्टे देयर क्योंकि पापा ना थोड़े वो उम्र भी है तो ही लाइक्स टू बी लिटिल इन दी यू नो एक्सटीरियर्स तो अच्छा है जी मतलब ठीक है बट कभी मैंने यू नो एक्चुअली फॉर मी मनी इज इम्पॉर्टेंट लेकिन जो मतलब यू नो आई थिंक इट्स पार्ट ऑफ लाइफ कि भाई आप काम कर रहे हैं सब लोग काम कर रहे हैं एवरीबडी इज़ यू नो वर्किंग फॉर मनी चाहे वो मिलियन डॉलर है चाहे वो यू नो इंसान मतलब जो स्ट्रीट में भी मैं सबको मिलता हूँ आई डू माई शोज मैं आई एम जस्ट गिविंग यू लाइक अ लिटिल इनपुट कि अब मैं कहीं शोज कर रहा हूँ तो वहाँ पर यू नो लोग आते हैं एंड कहते हैं कि अरे शैल जी आपका गाना हमने देखा एक नॉर्मल मतलब यू नो जो थ्री व्हीलर चला रहा है यू नो ही नोज़ माई सॉन्ग हीरिए तो इतनी खुशी होती है कि देखो मतलब यू नो लाइक ही नोज़ नथिंग अबाउट मी वो ही ओनली लुक्स एट मी एज एन आर्टिस्ट वो सबसे अच्छी चीज़ लगती है मुझे कि आई एम लाइक दैट मतलब मैंने कभी भी अपनी दोस्ती में किसी भी चीज में जी मतलब पैसे का यू नो क्या बात वो है नहीं किया मेरे ख्याल में यही हीरी है सॉन्ग जड़ा ना आज तुसी उना सारे अपने फैंस नु डेडिकेट कर दियो सुना दियो नाम ले लिया चलो सुना दियो किन्ना तेनु चावा ऐ ना समझी तू तेरे नाम कितनी जिंदगी जदो तू मिलेगी तेनु दसांगे तेरे नाल मेरी हर खुशी तू ही जिंद मेरी है दिल दा करार नी तू ही जिंद मेरी है दिल दा करार तू आज तेनु रब दा वास्ता तू आज तेनु रब दा वास्ता उड़कदा मैं तेरा रास्ता सोनिए हीरिए तेरी याद आंदी सीने विच तड़पदा है दिल जान जांदी है सीने विच तड़पदा है दिल जान जांदी है वाह वंडरफुल
ਮੈਂ ਜਾਣਨਾ ਚਾਹਾਂਗੀ ਕਿ ਜਦੋਂ ਤੁਹਾਡੇ ਕੋਲ ਬਹੁਤ ਲੰਬਾ ਟਾਈਮ ਹੁੰਦਾ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਅਕਸਰ ਹੌਲੀਡੇਜ਼ ਦੇ ਵਿੱਚ ਜਾਂ ਤਾਂ ਤੁਸੀਂ ਇਸ ਫਾਰਮ ਹਾਊਸ 'ਤੇ ਆਉਣਾ ਪਸੰਦ ਕਰਦੇ ਹੋ ਜਾਂ ਤੁਸੀਂ ਆਪਣੇ ਸਿੰਗਾਪੁਰ ਵਾਲੇ ਮਿਲੀਅਨਸ ਡਾਲਰਸ ਵਾਲੇ ਫਾਰਮ ਹਾਊਸ 'ਤੇ ਜਾਣਾ ਪਸੰਦ ਕਰਦੇ, ਅਤੇ ਇਸ ਦੌਰਾਨ ਇਸ ਜਦੋਂ ਹੌਲੀਡੇਜ਼ ਦੇ ਵਿੱਚ ਹੁੰਦੇ ਅਤੇ ਉਸ ਤੋਂ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਉਸ ਜਗ੍ਹਾ 'ਤੇ ਜਾ ਕੇ ਕੀ ਕਰਨਾ ਪਸੰਦ ਕਰਦੇ ਹੋ ਆਪਣੇ ਦੋਸਤਾਂ ਦੇ ਨਾਲ? ਮੈਂ ਤਾਂ ਜੀ, ਇਫ ਯੂ ਰੀਅਲੀ ਆਸਕ ਮੀ ਓਨੈਸਟਲੀ, ਫਾਰਮ ਹਿੰਦੁਸਤਾਨ ਇਤਨੇ ਸਾਲ ਮੈਂ ਯਹਾਂ ਗੁਜ਼ਾਰੇ ਹੈ, ਬਚਪਨ ਪੂਰਾ ਲੁਧਿਆਣਾ ਮੈਂ ਕੱਟਿਆ ਜੀ, ਐਂਡ ਵੋ ਤੋ ਚਲੋ ਇੱਕ ਕਾਮ ਥਾ ਤੋ ਵਹਾਂ ਬਿਜ਼ਨਸ ਹੈ ਤੋ ਵਹਾਂ ਚਲੇ ਗਿਆ ਮੈਂ, ਲੇਕਿਨ ਬੱਚੋਂ ਕੋ ਵੀ ਮੈਂ ਯਹੀ ਹਮੇਸ਼ਾ, ਸ਼ਿਵਮ ਜੋ ਮੇਰਾ ਲੜਕਾ ਹੈ ਵੋ ਉਸਕੋ ਬਹੁਤ ਸ਼ੌਕ ਹੈ ਫਾਰਮ ਆਨੇ ਕਾ, ਤੋ ਛੁੱਟੀਓ ਮੈਂ ਅਭੀ ਉਸਕੇ ਸਮ ਹੋਲੀਡੇਜ਼ ਹੈ ਜੈਸਾ ਕਿ ਬਤਾਇਆ ਥਾ ਮੈਨੇ, ਤੋ ਯੂ ਨੋ ਵੀ ਲਵ ਕਮਿੰਗ ਹੇਅਰ, ਯਹਾਂ ਕ੍ਰਿਕਟ ਵਗੈਰਾ ਯੂ ਨੋ ਵੀ ਪਲੇ ਸੋਕਰ ਸਪੋਰਟਸ, ਯਹਾਂ ਬੜਾ ਸਕੂਨ ਮਿਲਤਾ, ਆਪਣਾਪਨ ਲੱਗਤਾ ਯਹਾਂ ਪਰ, ਆਪ ਯੂ ਨੋ ਬਿਕੋਜ਼ ਆਈ ਐਮ ਐਨ ਇੰਡੀਅਨ ਔਰ ਵਹਾਂ ਇੱਕ ਐਜ਼ ਅ ਏਲੀਅਨ ਯੂ ਆਰ, ਮਤਲਬ ਕਭੀ ਵੀ ਆਪ ਵੋ ਚੀਜ਼ ਆਪਕੋ ਨਹੀਂ ਮਿਲ ਸਕਤੀ ਯੂ ਨੋ ਜੋ ਯਹਾਂ ਮਿਲਤੀ ਹੈ, ਜੋ ਯਹਾਂ ਸਕੂਨ ਮਿਲਤਾ ਹੈ, ਲੋਕ ਕਾ ਪਿਆਰ ਮਿਲਤਾ ਹੈ, ਆਪਣੇ ਪੁਰਾਣੇ ਲੋਕ ਹੈ ਜੀ, ਸਟਾਫ ਹੈ, ਯੂ ਨੋ ਤੋ ਰੀਅਲੀ ਇੰਜੋਏ, ਸੋ ਆਈ ਥਿੰਕ ਓਵਰਆਲ ਆਈ ਲਵ ਯੂ ਨੋ। ਜੇ ਅਸੀਂ ਗੱਲ ਕਰੀਏ ਕਿ ਤੁਸੀਂ ਸਿੰਗਾਪੁਰ 'ਚ ਕੀ ਅਚੀਵ ਕੀਤਾ ਜਿਹੜਾ ਇੰਡੀਆ ਨਾਲੋਂ ਵੱਖਰਾ ਸੀ? ਆਈ ਥਿੰਕ ਸਿੰਗਾਪੁਰ ਮੇਂ ਜੀ ਮੇਰਾ ਮਾਈਨਿੰਗ ਬਿਜ਼ਨਸ ਹੈ, ਵਹਾਂ ਪਰ ਕੋਲ ਮਾਈਨਿੰਗ ਜੋ ਕਿ 6 ਸਾਲ ਸੇ ਵਹੀ ਮੈਂ ਕਰ ਰਹਾ ਹਾਂ ਵਹਾਂ ਪਰ, ਐਂਡ ਅਭੀ ਕਾਫੀ ਐਕਸਪੈਂਸ਼ਨਸ ਵਗੈਰਾ ਕੀ ਹੈ, ਇੰਡੋਨੇਸ਼ੀਆ ਮੇਂ ਮਾਈਨਸ ਹੈ ਮੇਰੀ, ਤੋ ਉਹਦੇ ਨਾਲ ਸਿੰਗਾਪੁਰ ਵਿੱਚ ਰਹਿੰਦਾ ਹਾਂ ਮੈਂ, ਔਰ ਜੋ ਮਾਰਕੀਟਿੰਗ ਹੈ ਸ਼ਿਪਿੰਗ ਸਾਰਾ ਵਹੀਂ ਸੇ ਹਮ ਕੰਟਰੋਲ ਕਰਤੇ ਹੈ, ਕਿਉਂਕਿ ਇੰਡੋਨੇਸ਼ੀਆ ਥੋੜ੍ਹੀ ਇਤਨਾ ਸੇਫ ਨਹੀਂ ਹੈ ਵਹਾਂ ਰਹਿਣੇ ਕੇ ਲੀਏ, ਸਿੰਗਾਪੁਰ ਇਜ਼ ਮੋਰ ਸੇਫ, ਮੋਰ ਕਨਵੀਨੀਅੰਟ ਐਂਡ ਮੋਰ ਕਲੋਜ਼ ਯੂ ਨੋ ਟੂ ਇੰਡੀਆ ਆਲਸੋ, ਸੋ ਆਈ ਥਿੰਕ ਓਵਰਆਲ ਬਿਜ਼ਨਸ ਪੁਆਇੰਟ ਆਫ ਵਿਊ ਸਿੰਗਾਪੁਰ ਇਜ਼ ਦ ਪਲੇਸ, ਐਂਡ ਆਈ ਥਿੰਕ ਮਿਊਜ਼ੀਕਲ ਐਂਡ ਇੰਜੋਇਮੈਂਟ ਆਈ ਕਮ ਟੂ ਇੰਡੀਆ। ਓ ਮਾਈ ਗੋਡ, ਯੂ ਨੋ ਮਿਊਜ਼ਿਕ ਐਂਡ ਦੈਨ ਦ ਬਿਜ਼ਨਸ, ਮਤਲਬ ਬਤੌਰ ਆਰਟਿਸਟ ਐਂਡ ਦੋਨਾਂ ਨੂੰ ਬੈਲੈਂਸ ਕਰਨਾ, ਇਜ਼ ਇਟ ਕੁਆਇਟ ਡਿਫੀਕਲਟ? ਬਿਲਕੁਲ ਡਿਫੀਕਲਟ ਨਹੀਂ ਹੈ, ਇਹ ਸਾਰੀ ਜੀ ਦਿਲ ਦੀ ਬਾਤ ਹੈ, ਪਤਾ ਹੈ ਆਪ ਆਪਣੇ ਆਪ ਕੋ ਆਪਣੇ ਅਗਰ ਮਨਾ ਲਿਆ ਨਾ, ਬਸ ਸਭ ਕੁਛ ਬਾਤ ਹੈ, ਔਰ ਬਾਕੀ ਰੱਬ ਦੀ ਖੈਰ ਹੈ ਜੀ। ਲਓ ਜੀ, ਤੁਸੀਂ ਦੇਖਿਆ ਕਿ ਸ਼ੈਲ ਓਸਵਾਲ ਜੀ ਦੇ ਬਿਜ਼ਨਸ ਦੇ ਬਾਰੇ 'ਚ ਵੀ ਅਸੀਂ ਬਹੁਤ ਕੁਛ ਜਾਣ ਲਿਆ, ਅਤੇ ਹਾਲੇ ਹੋਰ ਬਹੁਤ ਕੁਛ ਜਾਣਨਾ ਬਾਕੀ ਹੈ ਇਹਨਾਂ ਦੀ ਜ਼ਿੰਦਗੀ ਯਾਨੀ ਕਿ ਮਿਊਜ਼ਿਕ ਫੀਲਡ ਬਾਰੇ ਅਤੇ ਬਿਜ਼ਨਸ ਦੇ ਬਾਰੇ 'ਚ। ਤੁਸੀਂ ਲਓ ਇੱਕ ਛੋਟਾ ਜਿਹਾ ਬ੍ਰੇਕ, ਅਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ, ਅਤੇ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਸ਼ੈਲ ਓਸਵਾਲ ਜੀ ਦੇ ਨਾਲ। ਜੀ ਸ਼ੈਲ ਜੀ, ਨੋਰਮਲੀ ਜਿਹੜਾ ਤੁਸੀਂ ਆਪਣੀ ਫੈਮਿਲੀ ਦੇ ਨਾਲ ਕਿਸ ਤਰ੍ਹਾਂ ਦੀ ਚੀਜ਼ ਜਿਹੜੀ ਹੈ ਡਿਸਕਸ ਕਰਨਾ ਜ਼ਿਆਦਾ ਪਸੰਦ ਕਰਦੇ ਹੋ? ਐਕਚੁਲੀ ਬੱਚੇ ਜੀ ਅਭੀ ਸਕੂਲ ਵਿੱਚ ਪੜ੍ਹਦੇ ਹੈ, ਤੋ ਜੋ ਵੀ ਉਨਕੇ ਸਕੂਲ ਮੈਂ ਹੋਤੀ ਐਕਟੀਵਿਟੀਜ਼, ਆਤਾ ਹੂੰ ਘਰ ਤੋਂ ਮੈਂ ਹਮੇਸ਼ਾ ਪੁੱਛਤਾ ਹੂੰ, ਯੂ ਨੋ ਬਿਕੋ ਮੰਡੇ ਟੂ ਫਰਾਈਡੇ ਬਿਜ਼ੀ ਰਹਿਤੇ ਆਪਣੀ ਸਕੂਲ ਲਾਈਫ ਮੈਂ, ਸੈਟਰਡੇ ਸੰਡੇ ਟਾਈਮ ਮਿਲਤਾ ਹੈ, ਹੋਮਵਰਕ ਵੀ ਕਰਾਤਾ ਹੂੰ ਕਭੀ ਕਭੀ, ਆਈ ਇਨਵੋਲਵ ਮਾਈ ਸੈਲਫ, ਆਈ ਲਵ ਡੂਇੰਗ ਦੈਟ, ਆਈ ਥਿੰਕ ਇਜ਼ ਵੈਰੀ ਇੰਪੋਰਟੈਂਟ ਯੂ ਨੋ ਟੂ ਬੀ ਇਨ ਟੱਚ ਕਿ ਕਰੀਕੁਲਮ ਮੈਂ ਕਿਆ ਹੈ, ਸਕੂਲ ਮੈਂ ਕਿਆ ਚੱਲ ਰਿਹਾ ਹੈ, ਸਿਲੇਬਸ ਮੈਂ ਕਿਆ ਹੈ, ਤੋ ਦੈਟਸ ਹਾਊ ਆਈ ਸਪੈਂਡ ਟਾਈਮ। ਅਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਅਤੇ ਤੁਹਾਡੇ ਬੱਚੇ ਵੀ ਤੁਹਾਨੂੰ ਇਹ ਸਵਾਲ ਕਰਦੇ ਨੇ ਕਿ ਤੁਸੀਂ ਅੱਜ ਸ਼ੋਅ ਕਰਕੇ ਆਏ ਪਾਪਾ, ਅਤੇ ਉਹ ਸ਼ੋਅ ਕਿਸ ਤਰ੍ਹਾਂ ਦਾ ਸੀਗਾ, ਜਾਂ ਸਾਨੂੰ ਹੀ ਜਿਹੜਾ ਸਿੰਗਿੰਗ ਸਿਖਾਓ? ਨਹੀਂ, ਬੱਚੇ ਡੈਫੀਨਟਲੀ ਪੁੱਛਦੇ, ਲੇਕਿਨ ਜ਼ਿਆਦਾ ਨਾ ਮੈਂ ਇਤਨੀ ਬਾਤਾਂ ਨਹੀਂ ਕਰਤਾ ਹੂੰ, ਬਿਕੋਜ਼ ਆਈ ਵਾਂਟ ਟੂ ਯੂ ਨੋ ਲਾਈਕ ਟਾਕ ਟੂ ਦੇ ਮੋਰ ਔਨ ਦੇਅਰ ਯੂ ਨੋ ਫਰੰਟ, ਕਿ ਵੋ ਲੋਕ ਕਿਆ ਕਰ ਰਹੇ ਹੈ, ਬਟ ਇਫ ਦੇ ਆਰ ਸਮਟਾਈਮਸ, ਤੋ ਕਦੀ ਪੁੱਛਦੇ ਹਾਂ ਤੋ ਮੈਂ ਬੋਲਤਾ ਹਾਂ ਅੱਛਾ ਥਾ, ਸਭ ਕੁਛ ਠੀਕ ਥਾ, ਐਂਡ ਦੇ ਸ਼ੋਅ ਪਿਕਚਰਸ ਐਂਡ ਆਲ, ਦੇ ਫੀਲ ਹੈਪੀ। ਅੱਛਾ, ਇੱਕ ਚੀਜ਼ ਸਾਨੂੰ ਹੋਰ ਪਤਾ ਚੱਲੀ ਕਿ ਤੁਸੀਂ ਬਾਲੀਵੁੱਡ ਦੇ ਵਿੱਚ ਜਿਹੜਾ ਉਹ ਬਹੁਤ ਹੀ ਜਲਦੀ ਸਾਨੂੰ ਜਿਹੜਾ ਸਿਲਵਰ ਸਕਰੀਨ 'ਤੇ ਦੇਖਣ ਨੂੰ ਮਿਲ ਰਹੇ ਹੋ, ਅਤੇ ਕਿੰਨਾ ਕੁ ਇੰਤਜ਼ਾਰ ਕਰਨਾ ਪਏਗਾ ਫੈਨਸ? ਨਹੀਂ, ਮੈਂ ਤਾਂ ਨਹੀਂ ਬੋਲਿਆ ਸਿਲਵਰ ਸਕਰੀਨ, ਪਰ ਅਸੀਂ ਸੁਣਿਆ ਸੀਗਾ, ਸੁਣਿਆ ਸੀਗਾ, ਮੇ ਵੀ ਰੂਮਰ ਹੋਗਾ, ਲੇਕਿਨ ਅਭੀ ਐਸਾ ਕੁਛ ਹੈ ਨਹੀਂ, ਇਜ਼ ਨਥਿੰਗ ਇਨ ਦ ਆਈ ਥਿੰਕ, ਮੁਝੇ ਬਸ ਯਹੀ ਜੀ ਗਾਣੇ ਕਾ ਬਹੁਤ ਸ਼ੌਕ ਹੈ ਜੀ, ਆਈ ਥਿੰਕ ਐਕਟਿੰਗ ਥੋੜ੍ਹੀ ਬਹੁਤ ਕਰ ਲੈਤਾ ਹੂੰ ਵੀਡੀਓ ਮੈਂ, ਲੇਕਿਨ ਅਗਰ ਫਿਊਚਰ ਮੈਂ ਕਭੀ ਅੱਛਾ ਹੋਗਾ ਤੋ ਡੈਫੀਨੇਟਲੀ ਯੂਲ ਬੀ ਦ ਫਸਟ ਪਰਸਨ ਆਈ ਟੈਲ, ਬਟ ਦਿਸ ਨਥਿੰਗ ਐਸ ਫੋਰ ਦ ਮੂਮੈਂਟ, ਅਭੀ ਤੋ ਕੁਛ ਨਹੀਂ ਹੈ ਜੀ। ਪਰ ਜੇ ਅਸੀਂ ਗੱਲ ਕਰੀਏ ਪੰਜਾਬੀ ਇੰਡਸਟਰੀ ਦੀ, ਤਾਂ ਪੰਜਾਬੀ ਇੰਡਸਟਰੀ 'ਚ ਇੰਨੀਆਂ ਸਾਰੀਆਂ ਪਿਕਚਰਸ ਆ ਰਹੀਆਂ ਨੇ, ਅਤੇ ਜੇ ਤੁਸੀਂ ਰੋਲ ਕਰਨਾ ਹੋਏ ਤਾਂ ਕਿਸ ਤਰ੍ਹਾਂ ਦਾ ਰੋਲ ਜਿਹੜਾ ਉਹ ਕਰਨਾ ਪਸੰਦ ਕਰੋਗੇ? ਆਈ ਥਿੰਕ ਰੋਮਾਂਟਿਕ ਰੋਲ, ਮਤਲਬ ਇੱਕ ਮੈਨੇ ਕਭੀ ਰੋਮਾਂਟਿਕ ਮੂਵੀਜ਼ ਬਣੀ ਹੈ, ਮਤਲਬ ਮੈਨੇ ਹਰਭਜਨ ਮਾਨ ਕੀ ਇੱਕ ਦੋ ਮੂਵੀਜ਼ ਦੇਖੀ ਸੀ ਰੋਮਾਂਟਿਕ, ਯੂ ਨੋ ਵਟ ਹੀ ਹੈਜ਼ ਡਨ, ਗੁਰਦਾਸ ਮਾਨ ਭਾਜੀ ਦੀ ਮੂਵੀਜ਼, ਬਟ ਇੱਕ ਹਾਰਡ ਕੋਰ ਰੋਮਾਂਟਿਕ ਮੂਵੀ, ਯੂ ਨੋ ਲਾਈਕ ਦਿਲ ਵਾਲੇ ਦੁਲਨੀਆ ਲੈ ਜਾਏਂਗੇ ਨਾ, ਉਸ ਟਾਈਪ ਕੇ, ਇਸਮੇ ਰੋਮਾਂਸ ਵੀ ਹੋ, ਥੋੜ੍ਹੀ ਅਗਰੈਸ਼ਨ ਵੀ ਹੋ, ਮਤਲਬ ਉਹ ਵੈਸੀ ਟਾਈਪ ਕੀ ਅੱਛੀ ਇੱਕ ਹੋਣੀ ਚਾਹੀਏ ਮੂਵੀ, ਮਨ ਹੈ ਮੇਰਾ ਇੱਕ, ਅਗਰ ਇਫ ਆਈ ਵਾਂਟ ਟੂ ਡੂ ਇਟ। ਔਰ ਇਹ ਜੇ ਪੁੱਛਿਆ ਜਾਏ ਕਿ ਤੁਸੀਂ ਕਿਹੜੀ ਹੀਰੋਇਨ ਦੇ ਨਾਲ ਜਿਹੜਾ ਉਹ ਐਜ਼ ਅ ਕੋ ਐਕਟਰ ਕੋ ਹੀਰੋ ਜਿਹੜਾ ਕੰਮ ਕਰਨਾ ਪਸੰਦ ਕਰੋਗੇ, ਉਹ ਕੌਣ ਹੈ? ਤੁਹਾਡੇ ਨਾਲ ਜੀ, ਪੰਜਾਬੀ ਮੂਵੀ ਤਾਂ ਤੁਹਾਡੇ ਨਾਲ, ਔਰ ਕਿਹਦੇ ਨਾਲ, ਮੈਂ ਕਿਸੇ ਕੋ ਬੋਲੂੰਗਾ ਤਾਂ ਫਿਰ ਤੋਂ ਮੈਨੂੰ ਸਭ ਮਾਰੇਂਗੇ। ਨਹੀਂ, ਐਸਾ ਕੁਝ ਨਹੀਂ ਹੈ, ਚਲੋ ਮੈਨੂੰ ਛੱਡ ਕੇ ਤੁਸੀਂ ਕਿਹੜੀ ਹੀਰੋਇਨ ਦੇ ਨਾਲ ਜਿਹੜਾ ਰੋਲ? ਵੈਲ ਆਈ ਥਿੰਕ ਜੋ ਵੀ ਨਏ ਕਮਰਸ ਹੈ, ਆਏ ਮੁਝੇ
शुरू से ना नए कमरे से बड़ा मज़ा आता है जी काम करने में. इवन वीडियोज़ में भी हम काफ़ी नए लोगों से काम करता हूँ. तो आजकल बहुत नया टैलेंट है जी. मैंने देखा पंजाबी इंडस्ट्री में भी जो मॉडल्स आंदी हैं, नए काफ़ी उभरते सितारे और काफ़ी शोज़ भी होते हैं जिसमें टैलेंट हंट्स वगैरह हैं. तो आई थिंक न्यू टैलेंट, आई वुड लव टू वर्क विद न्यू टैलेंट. मतलब उनके साथ काम करने वाला मज़ा है इसलिए बिकॉज यू नो दे वॉन्ट टू लर्न. मतलब उनको हर जगह लर्न करनी है हर चीज़. और मेरे साथ भी ऐसा ही है, आई कीप ऑन लर्निंग. तो इट्स अ नाइस यू नो आई थिंक कॉम्बिनेशन. बिकॉज बताओ जैसे मैं थोड़ा ना गलबात कर दी, जब मैं थोड़े वीडियोज देख रही हूँ, एवरीवेयर रोमांस इज एवरीवेयर, यू नो प्यार 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 की गल की जाती. जिस तरह यश राज दी पिक्चर्स दे विच प्यार दी गल की, एक की कोई इंस्पिरेशन थानू किसी तो मिली है, थोड़े फैमिली तो या मतलब थोड़े आस पास फ्रेंड्स तो या किस तरह के गॉड गिफ्टेड ही है? आई थिंक ये नेचुरल है जी अंदर. इट इज़ नेचुरल सिंस आई वॉज स्मॉल. मतलब यू नो मैं कोई भी छोटी सी चीज़ देखता हूँ मेरे आंसू निकल जाते हैं. बड़ी यू नो इमोशनल एक दिल है. आई थिंक इट्स जस्ट नेचुरल बचपन से ही. आई कोई भी मतलब यू नो बच्चे मुझे कहते हैं, मेरे फ्रेंड्स बोलते हैं यार यू सी अ स्मॉल थिंग स्टार्ट क्राइंग, बट दैट्स व्हाट आई एम यू नो. आई थिंक इट्स वेरी नेचुरल. बट मुझे नहीं लगता कि जो इमोशनल बंदा होता है उन्हें लोग जो है वो छेती यूज़ कर देने, मतलब यूज़ तो करते हैं जी. यूज़ बहुत लोगों ने किया है मुझे, मैं आपसे झूठ नहीं बोलूँगा. बट नाउ आई एम मोर केयरफुल. अब थोड़ा जरा अटके जीन दी, हाँ, थोड़ी थोड़ी हाँ थोड़ी हैव टू बी केयरफुल इन लाइफ. क्या बात है. तो जिस तरह हूँ थोड़ी है एल्बम आई है 10वें सजना, तो इस तो एल्बम तो बाद थोड़ी फ्यूचर प्लानिंग की है? वेल आई थिंक अभी जो 10वें सजना गाना है जी, तो इसके बाद कुछ ना अभी पीछे बड़ी एक अच्छी मैं बताता हूँ आपको बात कि क्या हुआ कि 1.5 महीने पहले तो काफ़ी मेरे वो जो यू नो पेज पर फेसबुक पेज पर जो फैन पेज है उसमें काफ़ी आते रहते हैं मैसेजेस कि पाजी तुसी सिर्फ सेंटिमेंटल गाने गाते रहते हो, थोड़ा फास्ट भी कुछ. एक एक टाइम था मैंने एक दो गाने किए थे फास्ट, नचले सोनी तू आया था मेरा एक हंसना कमाल. तो मैं उसके बाद ना हीरे के बाद पता नहीं मैं एक अलग जॉनर में चले गया. तो नाउ आई एम प्लानिंग एक गाना, अभी मैंने कुछ ही एक महीना पहले रिकॉर्ड किया था गाना दिल जानिया. इट्स अ फास्ट सॉन्ग, इलेक्ट्रॉनिक डांस म्यूज़िक का हमने एक प्लान किया है. तो आई थिंक पीपल शुड लाइक दैट सॉन्ग, काफ़ी अच्छा फास्ट गाना है. तो आई वॉन्ट टू रिलीज़ दैट माई नेक्स्ट सॉन्ग. तो आई थिंक सेप्टेम्बर तक होपफुली वी विल लॉन्च दैट सॉन्ग. That'll be a fast song. So I wanted to do something in fast. मतलब एक आजकल वो क्या है कि एक EDM चल रहा है बहुत, electronic dance music, you know. Yeah. तो electronic guitars and little मैंने थोड़ा रखा है, different रखा है मैंने. Very मेरे जो producer हैं London में, friend है मेरे, तो उन्होंने underground और थोड़ा mix किया था मेरे लिए. I like the, it goes like एक बारी आजा दिल जानिया यारा ने तू कर मन मानिया हो. इट्स वेरी करो प्यार प्यार तेरे नाल बलिए. बड़ा एक डिफरेंट बीट है और ऑफ बीट गाना है, बट लेट्स सी. वाओ दैट्स ग्रेट, विश यू गुड लक फॉर दैट. थैंक यू. तो मैं सोचना चाहूँगी क्योंकि पंजाबी इंडस्ट्री के पंजाबी गायकी के नाल बड़े पॉपुलर हो और पंजाबी सिनेमा के बारे क्योंकि जो बहुत ग्रो कर रहा है ये बारे की कहना चाहोगे, क्योंकि कि पिक्चर जी है लेटैसट कोई वेखी है एंड किस तरह का लगता थोड़ा? लेटैसट पिक्चर मुझे ना जो पुरानी पिक्चर बहुत पसंद है. मैं बड़ा पुराने ओल्ड स्कूल का आदमी हूँ. वी आर नॉट यंग, मैं तो इतना आई एम नॉट यंग एनीमोर, बट आई थिंक वो शुरू से बचपन से मुझे जो जीता वही सिकंदर, यू नो वो आई थी पीछे मूवी लगान आई थी एक बहुत अच्छी, अभी मैंने देखी थी रिसेंटली एक विलन एक जो आई थी. एंड पंजाबी विच जी मैंने जो दलजीत हैं आई थिंक सिंगिंग तो यू नो गायकी पहले गायक से ही मतलब आए वो एक्टिंग में. तो आई हैव हर्ड अ लॉट अबाउट हिम हिज एक्टिंग एंड आई हैव सीन, मैंने अभी देखी मूवी वो डिस्को सिंग करके गाई थी. आई थिंक इट्स अ फैबुलस, यू नो इज अ गुड एक्टर. एक नेचुरल एक्टिंग है वही होना चाहिए. एक्टिंग इज ऑल अबाउट नेचुरल. मतलब अभी उसमें अगर आप थोड़ी यू नो वो कर देंगे यू नो मिलावट और थोड़ी ओवर एक्टिंग तो लगता है कि यार ये आदमी ओवर एक्ट कर रहा है. बट विद हिम ना इट लुक्स इज गॉट द इनोसेंस फेस. आई थिंक इन पंजाबी सिनेमा आई थिंक ही इज अ वेरी इनोसेंट फेस लुकिंग काइंड ऑफ अ पर्सन, ऑलराउंडर पर्सनालिटी. या आई थिंक यू नो इट्स आई थिंक ही इज डूइंग अ फैबुलस जॉब. आई थिंक उस पिक्चर तो इंस्पायर होकर असं छेती थानू पंजाबी सिनेमा के विच देखांगे. कुछ प्लानिंग है माइंड वेल अगर दलजीत चाहेंगे तो मैं आ जाऊँगा जी. वेल ही इज रूलिंग राइट नाउ द पंजाबी सिनेमा, बट आई थिंक बट एक्चुअली कोई कॉम्पिटिशन नहीं है. एवरीबडी इज डिफरेंट. मैंने कभी भी कम्पीट नहीं किया हर आर्टिस्ट, चाहे वो यू नो हाडी संधू मुझे काफ़ी पसंद है, उनका एक पीछे गाना सोच आया था बहुत, आई स्पोक टू हिम ऑल्सो, बहुत अच्छा गाना था. एंड आई थिंक एवरी सिंगर हैज़ अ डिफरेंट यू नो अप्रोच टू द म्यूज़िक. उनको हीरे बहुत पसंद है, मुझे उनके गाने बहुत पसंद है. तो आई थिंक अच्छी बात है, आपस में एक प्यार होना चाहिए. दैट्स द मोस्ट इंपॉर्टेंट थिंग. कॉम्पिटिशन में ना फिर जेलेसी शुरू होती है, यू नो यू स्टार्ट हेटिंग ईच अदर. वो नहीं, आई थिंक हेटेड इज समथिंग जो मैं भागता हूँ. बिल्कुल. वो तो अभी गलत बातों तो अभी मुलाकात तो सॉन्ग्स तो ये
ਟੋਟਲੀ ਜੱਜ ਕਰ ਲਿਆ ਕਿ ਤੁਸੀਂ ਬਹੁਤ ਹੀ ਲਵਿੰਗ ਪਰਸਨ ਹੋ। ਥੈਂਕ ਯੂ ਸੋ ਮਚ। ਔਰ ਜਾਂਦੇ ਜਾਂਦੇ ਤੁਸੀਂ ਆਪਣੇ ਫੈਨਸ ਨੂੰ ਜਿਹੜਾ ਉਹ ਕੁਛ ਕਹਿਣਾ ਚਾਹੋਗੇ ਕਿ ਤਾਂ ਕਿ ਤੁਹਾਡੇ ਜਿਹੜੇ ਫੈਨਸ ਇੰਨਾ ਢੇਰ ਸਾਰਾ ਪਿਆਰ ਕਰਦੇ ਨੇ, ਕਿਉਂਕਿ ਤੁਸੀਂ ਵੀ ਇੱਕ ਪਿਆਰ ਦੀ ਮੂਰਤ ਹੀ ਹੋ, ਅਤੇ ਉਹਨਾਂ ਨੂੰ ਕੁਛ ਕਹਿਣਾ ਚਾਹੋਗੇ? ਮੈਂ ਤਾਂ ਜੀ ਇਹੀ ਕਹਿਣਾ ਚਾਹੂੰਗਾ ਜੀ ਕਿ ਆਪ PTC ਦੇਖਦੇ ਰਹੀਏ, ਬਲਜੀ ਜੋ ਲਾਈਕ ਕਰਤੇ ਰਹੀਏ, ਵੈਰੀ ਇੰਪੋਰਟੈਂਟ, ਐਂਡ ਮੁਝੇ ਲਾਈਕ ਕਰਤੇ ਰਹੀਏ, ਮੇਰੇ ਗਾਣੇ ਪਸੰਦ ਕੀਜੀਏ, ਪੂਰੀ ਕੋਸ਼ਿਸ਼ ਰਹੇਗੀ। ਬਾਕੀ ਤੋ ਇਨਸਾਨ ਹੈ, ਗਲਤੀਆਂ ਹੋਤੀ ਹੈ, ਸੋ ਮੁਝੇ ਮਾਫ਼ ਕਰ ਦੇਣਾ ਕੁਛ ਵੀ ਅਗਰ ਛੋਟੀ ਸੀ ਗਲਤੀ ਹੋਤੀ ਹੈ, ਬਟ ਅਗੇਨ ਆਈਲ ਬੀ ਬੈਕ ਵਿਦ ਅਨਦਰ ਗੁੱਡ ਸੌਂਗ ਫੋਰ ਆਲ ਆਫ ਯੂ। ਜੀ ਬਿਲਕੁਲ, ਤੁਹਾਡੇ ਫੈਨਸ ਦੀਆਂ ਜਿਹੜੀਆਂ ਢੇਰ ਸਾਰੀਆਂ ਦੁਆਵਾਂ ਤੁਹਾਡੇ ਨਾਲ ਹਮੇਸ਼ਾ ਇਸੇ ਤਰ੍ਹਾਂ ਰਹਿਣਗੀਆਂ, ਐਂਡ ਥੈਂਕ ਯੂ ਵੈਰੀ ਮੱਚ, ਤੁਸੀਂ ਸਾਨੂੰ ਆਪਣਾ ਕੀਮਤੀ ਟਾਈਮ ਦਿੱਤਾ, ਐਂਡ ਵਿਸ਼ ਯੂ ਗੁੱਡ ਲੱਕ। ਥੈਂਕ ਯੂ ਬਲਜੀਤ ਜੀ, ਆਪਨੇ ਆਪਣਾ ਕੀਮਤੀ ਵਕਤ ਨਿਕਾਲਾ ਯਹਾਂ ਆਨੇ ਕੇ ਲੀਏ, ਮੁਝਸੇ ਮਿਲਨੇ ਕੇ ਲੀਏ। ਹਮ ਆਈ ਥਿੰਕ ਦੂਸਰੀ ਵਾਰ ਮਿਲ ਰਹੇ ਹੈਂ, ਐਂਡ ਇਟਸ ਫੈਬੁਲਸ ਮੀਟਿੰਗ ਯੂ। ਥੈਂਕ ਯੂ ਸੋ ਮਚ। ਥੈਂਕ ਯੂ।